ਅੱਜ ਦੁਪਹਿਰ ਦੇ ਸਮੇਂ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦੇ ਗਏ ਇੱਕ ਖਤਰਨਾਕ ਹਵਾਲਾਤੀ ਨੂੰ ਉੱਤੇ ਸਾਥੀ ਗੋਲੀਆਂ ਚਲਾ ਕੇ ਸਿਵਲ ਹਸਪਤਾਲ ਤੋਂ ਫਰਾਰ ਕਰਵਾ ਕੇ ਲੈ ਗਏ। ਜਦਕਿ ਜੇਲ੍ਹ ਗਾਰਡ ਦੇ ਕਰਮਚਾਰੀ ਤੇ ਸਿਟੀ ਪੁਲਿਸ ਦੇ ਇੱਕ ਕਰਮਚਾਰੀ ਨੇ ਇਨ੍ਹਾਂ ਫਰਾਰ ਹੋਏ ਦੋਸ਼ੀਆਂ ਦਾ ਪਿੱਛਾ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਰਾਰ ਹਵਾਲਾਤੀ ਵਿਰੁੱਧ ਇਰਾਦਾ ਕਤਲ ਸਮੇਤ ਵੱਖ-ਵੱਖ 17 ਕੇਸ ਦਰਜ ਹਨ। ਕਾਬੂ ਹਮਲਾਵਰਾਂ ਦੇ ਕੋਲੋਂ ਇੱਕ ਪਿਸਟਲ ਅਤੇ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਅੱਜ ਸਿਵਲ ਹਸਪੀਟਲ ਵਿਖੇ ਮਾਡਲ ਜੇਲ੍ਹ ਤੋਂ ਉਹਨਾਂ ਦੀ ਗਾਰਡ 3 ਮੁਲਾਜ਼ਮ 3 ਮੁਲਜ਼ਮਾਂ ਨੂੰ ਜਿਹੜੇ ਉੱਥੇ ਹਵਾਲਾਤੀ ਸੀ ਉਹਨਾਂ ਨੂੰ ਮੈਡੀਕਲ ਚੈੱਕਅਪ ਲਈ ਲੈ ਕੇ ਆਏ ਸੀਗੇ। ਜਦੋਂ ਉਹਨਾਂ ਦਾ ਮੈਡੀਕਲ ਚੈੱਕਅਪ ਕਰਾ ਰਹੇ ਸੀ ਉਹਨਾਂ 'ਚੋਂ ਇੱਕ ਹਵਾਲਾਤੀ ਹਰਭੇਜ ਸਿੰਘ ਭੇਜਿਆ, ਇਹਨੂੰ ਪੁਲਿਸ ਹਿਰਾਸਤ 'ਚੋਂ ਛੁਡਾਉਣ ਲਈ ਅਚਾਨਕ 4 ਵਿਅਕਤੀ ਅੰਦਰ ਆਏ ਔਰ ਉਹਨਾਂ ਨੇ ਹਵਾ 'ਚ ਫਾਇਰ ਕੀਤੇ। ਫਾਇਰ ਕਰਕੇ ਇਹਨੂੰ ਛੁਡਾ ਕੇ ਉਹ ਲੈ ਗਏ। ਜਦੋਂ ਬਾਹਰ ਉਹ ਭੱਜ ਰਹੇ ਸੀ ਤਾਂ ਉਸ ਗਾਰ 'ਚੋਂ ਹੀ ਸਾਡੇ ਮੁਲਾਜ਼ਮਾਂ ਨੇ ਬਹਾਦਰੀ ਨਾਲ ਉਹਦਾ ਪਿੱਛਾ ਕੀਤਾ ਔਰ ਇੱਕ ਮੋਟਰਸਾਈਕਲ 'ਤੇ ਜਿਹੜੇ ਜਾ ਰਹੇ ਸਨ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਇੰਨੀ ਦੇਰ 'ਚ ਹੀ ਸਾਡੇ ਸਿਟੀ ਤੋਂ ਵੀ ਸਾਡੇ ਪੁਲਿਸ ਮੁਲਾਜ਼ਮ ਉੱਥੇ ਪਹੁੰਚ ਗਏ ਔਰ ਇਹਨਾਂ ਨੇ ਰਲ ਕੇ ਉਹ ਜਿਹੜੇ ਦੋ ਮੁਲਜ਼ਮ ਭੱਜ ਰਹੇ ਸੀ ਡਿੱਗੇ ਉਹਨਾਂ ਦਾ ਪਿੱਛਾ ਕੀਤਾ। ਪਿੱਛਾ ਕਰਕੇ ਦੋਨੋਂ ਜਿਹੜੇ ਮੁਲਜ਼ਮ ਸੀਗੇ ਇਹ ਗਲੀਆਂ 'ਚ ਚਲੇ ਗਏ। ਅੱਗਿਓਂ ਫਿਰ ਪਬਲਿਕ ਨੇ ਸਾਨੂੰ ਸਹਿਯੋਗ ਕੀਤਾ, ਜਿਨ੍ਹਾਂ ਘਰਾਂ 'ਚ ਵੜੇ ਸੀ ਉਹ ਪਬਲਿਕ ਨੇ ਸਾਨੂੰ ਦੱਸਿਆ ਔਰ ਪਬਲਿਕ ਨੇ ਸਾਡੀ ਮਦਦ ਕੀਤੀ ਨਾਲ ਫਿਰ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ। ਜਦੋਂ ਪੁਲਿਸ ਮੁਲਾਜ਼ਮ ਇਹਨਾਂ ਦਾ ਪਿੱਛਾ ਕਰ ਰਹੇ ਸੀ ਤਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਫਾਇਰ ਵੀ ਕੀਤੇ, ਪਰ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਅੱਗੇ ਜਾ ਕੇ ਇਹਨਾਂ ਨੂੰ ਫੜ ਲਿਆ। ਇਹਨੂੰ ਹਰਭੇਜ ਸਿੰਘ ਭੇਜਿਆ ਨੂੰ ਛੁਡਾਉਣ ਲਈ ਟੋਟਲ 5 ਮੁਲਜ਼ਮ ਆਏ ਸੀਗੇ। 5 ਚੋਂ 2 ਮੁਲਜ਼ਮ ਅਰੈਸਟ ਹੋ ਗਏ ਆ ਅਤੇ ਬਾਕੀਆਂ ਨੂੰ ਵੀ ਅਸੀਂ ਹੁਣ ਕਿਉਂਕਿ ਸਾਰੇ ਟਰੇਸ ਹੋ ਗਏ ਆ, ਸਾਰੇ ਕੌਣ ਕੌਣ ਇਹਨਾਂ 'ਚ ਮੁਲਜ਼ਮ ਸੀ, ਕੌਣ ਕੌਣ ਇਨਵੋਲਵ ਸੀ, ਸਾਰੀ ਇਹਨਾਂ ਦੀ ਕੰਸਪਿਰੇਸੀ ਦਾ, ਸਾਰੀ ਇਹਨਾਂ ਦੀ ਥਿਊਰੀ ਦਾ ਪਤਾ ਲੱਗ ਚੁੱਕਾ ਆ ਔਰ ਬਾਕੀ ਸਾਰਿਆਂ ਨੂੰ ਵੀ ਅਸੀਂ ਛੇਤੀ ਫੜ ਲਾਂਗੇ ਗ੍ਰਿਫਤਾਰ ਕਰ। ਬਰਾਮਦਗੀ ਇਹਨਾਂ 'ਚ ਇੱਕ 32 ਬੋਰ ਦਾ ਰਿਵਾਲਵਰ ਆ, ਨਾਲ ਗੋਲੀਆਂ ਆ, ਖੋਲ ਆ 4, ਟੋਟਲ 7-8 ਫਾਇਰ ਇਸ ਮੁਲਜ਼ਮਾਂ ਵੱਲੋਂ ਕੀਤੇ ਗਏ ਆ ਔਰ ਇਹਨਾਂ ਤੋਂ ਮੋਬਾਈਲ ਫੋਨ ਵੀ ਰਿਕਵਰ ਹੋਇਆ, ਇੱਕ ਸਪਲੈਂਡਰ ਮੋਟਰਸਾਈਕਲ ਵੀ ਰਿਕਵਰ ਹੋਇਆ। ਉਹ ਅਸੀਂ ਅੰਮ੍ਰਿਤਸਰ ਉੱਥੇ ਉਹਦੀ ਇਨਫੋਰਮੇਸ਼ਨ ਸਾਰੀ ਕਲੈਕਟ ਕਰ ਰਹੇ ਹਾਂ ਵੀ ਕੀ ਇਹ ਚੋਰੀ ਦਾ ਆ ਜਾਂ ਖੋਇਆ ਹੋਇਆ, ਕਿਸ ਤਰੀਕੇ ਦਾ ਇਹ ਹੈ। ਕ੍ਰਿਮੀਨਲ ਪ੍ਰੋਫਾਈਲ ਜਿਹੜੇ ਦੋ ਮੁਲਜ਼ਮ ਅਸੀਂ ਅਰੈਸਟ ਕੀਤੇ ਆ, ਇਹਨਾਂ 'ਚੋਂ ਇੱਕ ਮੁਲਜ਼ਮ ਦਾ ਨਾਂ ਸਰਵਨ ਸਿੰਘ ਹੈ। ਇਹ ਜਿਹੜਾ ਦੋਸ਼ੀ ਇਹਨੂੰ ਭਜਾਉਣ ਜਿਹੜਾ ਦੋਸ਼ੀ ਭੱਜਿਆ ਆ, ਇਹਦਾ ਇਹ ਸਕਾ ਬ੍ਰਦਰ ਇਨ ਲਾਅ ਦੀ ਵਾਈਫ ਦਾ ਭਰਾ ਆ ਔਰ ਇਹਨੂੰ ਇੱਥੇ 302 ਦਾ ਮੁਕੱਦਮਾ ਦਰਜ ਆ, PO ਆ 302 ਦੇ ਵਿੱਚ ਔਰ ਦੂਸਰੇ ਦੇ ਖਿਲਾਫ਼ ਵੀ ਲੜਾਈ ਝਗੜੇ ਦਾ ਪਰਚਾ ਦਰਜ ਆ ਜੀ। ਹਰਭੇਜ ਸਿੰਘ ਦੇ ਖਿਲਾਫ਼ ਤਕਰੀਬਨ 16-17 ਮੁਕੱਦਮੇ ਦਰਜ ਆ ਔਰ ਇੱਕ ਕਤਲ ਦਾ ਮੁਕੱਦਮਾ ਆ, ਬਾਕੀ ਲੜਾਈ ਝਗੜੇ ਦੇ ਮੁਕੱਦਮੇ ਆ ਔਰ ਲੁੱਟਾਂ ਖੋਹਣ ਦੇ ਵੀ ਮੁਕੱਦਮੇ ਦੇ ਖਿਲਾਫ਼ ਹੈ ਜੀ। ਹਾਂਜੀ, ਅਸੀਂ ਇਹਦੇ 'ਚ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਵੀ ਹੈ ਜਿਹੜਾ ਇੱਥੇ ਦੋਸ਼ੀ ਇਹਨਾਂ ਨੂੰ ਛੁਡਾਉਣ ਆਇਆ ਸੀਗਾ, ਉਹ ਵੀ ਉਹਦੇ ਵਿੱਚ ਹੈ। ਅਸੀਂ ਉਸ ਸੰਬੰਧੀ ਮੇਰੀ ਸੁਪਰਡੈਂਟ ਜੇਲ੍ਹ ਉਹਨਾਂ ਨੂੰ ਗੱਲ ਹੋ ਗਈ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਔਰ ਅਸੀਂ ਲਿਖ ਕੇ ਵੀ ਭੇਜ ਰਹੇ ਹਾਂ ਵੀ ਇਹਦੀ ਪ੍ਰੋਪਰ ਤਹਿਕੀਕਾਤ ਕੀਤੀ ਜਾਵੇ ਵੀ ਕੀ ਇਹ ਜਾਣ ਬੁੱਝ ਕੇ ਉੱਥੋਂ ਕਿਸੇ ਵੱਲੋਂ ਇਹ ਹੋਇਆ ਕਿ 3 ਹੀ ਮੁਲਜ਼ਮ ਔਰ 3 ਹੀ ਗਾਰਡ ਵਾਲੇ ਆ ਰਹੇ ਆ, ਕਿ ਇਹਦਾ ਸਾਰੀ ਅਸੀਂ ਪ੍ਰੋਪਰ ਤਹਿਕੀਕਾਤ ਕਰਾਂਗੇ ਔਰ ਜੇ ਕੋਈ ਇਹਦੇ 'ਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਵੀ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ। ਹਾਂਜੀ, ਮੇਰੇ ਸਾਡੇ ਪੁਲਿਸ ਡਿਪਾਰਟਮੈਂਟ ਦੇ ਜਵਾਨਾਂ ਨੇ ਇਹਦੇ 'ਚ ਬਹੁਤ ਹੀ ਜ਼ਿਆਦਾ ਬਹਾਦਰੀ ਨਾਲ, ਸਾਨੂੰ ਮਾਣ ਆ ਪੰਜਾਬ ਪੁਲਿਸ 'ਤੇ ਔਰ ਮੈਂ ਮਾਨਯੋਗ DGP ਸਾਹਿਬ ਨੂੰ ਵੀ ਰਿਕੁਐਸਟ ਕੀਤੀ ਔਰ ਉਹਨਾਂ ਨੇ ਵੀ ਬੜੀ ਖੁਸ਼ੀ ਨਾਲ ਅਸੈਪਟ ਕੀਤਾ ਵੀ ਇਹਨਾਂ ਨੂੰ ਅਸੀਂ ਜੋ ਇਹਨਾਂ ਦਾ ਬਣਦਾ ਇਨਾਮ ਦੇਵਾਂਗੇ ਔਰ ਜਿਹੜੇ ਸਾਡੇ ਪਬਲਿਕ ਦੇ ਸਾਥੀ ਆ ਔਰ ਮੈਂ ਤੁਹਾਡੇ ਰਾਹੀਂ ਉਹਨਾਂ ਤੱਕ ਇਹ ਉਹਨਾਂ ਦਾ ਥੈਂਕਸ ਕਰਦਾ ਹਾਂ ਔਰ ਮੈਂ ਇਹੀ ਚਾਹੂੰਗਾ ਵੀ ਅੱਗੇ ਤੋਂ ਵੀ ਪਬਲਿਕ ਸਾਨੂੰ ਸਹਿਯੋਗ ਦੇਵੇ ਤਾਂ ਕਿ ਅਸੀਂ ਸ਼ਰਾਰਤੀ ਅਨਸਰਾਂ 'ਤੇ ਕਾਬੂ ਪਾ ਸਕੀਏ ਔਰ ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਸਨਮਾਨ ਜ਼ਰੂਰ ਕਰਾਂਗੇ।